ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਕਰਦੇ ਹਾਂ ਸਭ ਬਹੁਤ ਵਧੀਆ ਹੋਵੋਗੇ। ਆਪਣਾ ਪੇਜ ਫੋਲੋ ਕਰ ਲਓ, PhD ਪੈਨ TV ਯੂਟਿਊਬ 'ਤੇ ਦੇਖਦੇ ਹੋ, ਸਬਸਕ੍ਰਾਈਬ ਕਰ ਲਓ। ਆਪਾਂ ਇਸ ਤਰ੍ਹਾਂ ਦੀਆਂ ਵਧੀਆ 100 ਰੁਪਈਏ 95-95 'ਚ 1995 'ਚ ਠੀਕ ਆ। 3-4 ਜਣੇ ਹੋਣੇ, ਨਰਮਾ ਵੱਢਣਾ, ਸੀਲਣਾ, ਉਹ ਟਰੈਕਟਰ ਨਾਲ ਹੌਲੀ 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 ਹੋਰ ਪਹਿਲੇ ਲੋ 'ਚ ਠੀਕ, ਫਿਰ ਉਹਦੇ ਬਾੜੇ ਪੱਟਣੇ ਠੀਕ ਆ। ਟੁੱਟਦਾ ਵੀ ਬਹੁਤ ਹੋ ਗਿਆ ਟਰੈਕਟਰ ਨਾਲ, ਹੈ ਨਾ? ਨਹੀਂ, ਛੋਟਾ ਛੋਟਾ ਤਾਂ ਨਹੀਂ ਟੁੱਟਦਾ, ਜਦੋਂ ਗੋਡੇ ਤੋਂ ਵੱਡਾ ਹੋ ਜਾਂਦਾ ਉਦੋਂ ਮੱਥਿਆਂ 'ਤੇ ਟੁੱਟਦਾ, ਬਸ ਜਦੋਂ ਮੋੜਦੇ ਹਾਂ ਠੀਕ ਆ। ਉਹ ਉੱਥੋਂ ਟੁੱਟਦਾ, ਊਂ ਤਾਂ ਕੋਈ ਨਹੀਂ ਹੁੰਦਾ ਗਾ, ਊਂ ਤਾਂ ਫਿਰ ਸਿੱਧਾ ਸਿਆੜਾ ਦੀ ਟਰੈਕਟਰ ਲੰਘ ਹੀ ਜਾਂਦਾ, ਫਿਰ ਉਹ ਮਿੱਟੀ ਲਾ ਕੇ ਬੂਟੇ ਖੜ੍ਹੇ ਕਰਨੇ ਆ, ਫਿਰ ਚੱਲ ਪੈਣੇ ਉਵੇਂ, ਹੈ ਨਾ? ਚੱਲ ਚੁੱਲ ਪੈਂਦੇ ਸੀ, ਉਹ ਟੁੱਟ ਜਾਂਦੇ ਸੀ ਵਿੱਚ, ਖੜ੍ਹੇ ਹੀ ਜ਼ਰੂਰ ਕਰਦੇ ਸੀ ਬੂਟੇ, ਹੁਣ ਸਾਰੇ ਹੱਥਾਂ ਨਾਲ ਮਿੱਟੀ ਲਾ। ਹੁਣ ਤਾਂ ਯਾਰ ਜ਼ਮਾਨਾ ਹੀ ਬਦਲ ਗਿਆ, ਹੈ ਨਾ? ਹੋਰ ਹੁਣ ਤਾਂ ਬੜਾ ਕੁਛ ਚੱਲ ਪੈਣਾ, ਨਰਮੇ ਨੁਰਮੇ ਵੀ ਗਏ ਹੁਣ ਤਾਂ, ਹੈ ਨਾ? ਮੂੰਗਫਲੀ ਮੂੰਗਫਲੀ ਨਰਮੇ ਅਤੇ ਮੂੰਗੀ ਮੰਗੀ ਹੋਰ, ਮੂੰਗੀ ਤਾਂ ਹੁਣ ਬੀਜੀ ਜਾਂਦੇ ਆਲੋ ਗਾਲਾਂ 'ਚ, ਪਰ ਉਹ ਪਰ ਉਹ ਗੱਲ ਨਹੀਂ ਨਾ, ਉਹ ਗੱਲ ਨਹੀਂ, ਹੈ ਨਾ? ਉਹ ਗੱਲ ਕਿੱਥੇ, ਕਿੱਥੇ ਤਾਂ ਪੱਕੀ ਚੀਜ਼ ਤੋਂ ਵੱਢਣੀ ਹੈ, ਕਿਤੇ ਘਾਹ ਵਾਲੀ ਦਵਾਈ ਮਾਰ ਕੇ ਵੱਢਣੀ ਹੈ। ਹਾਂ, ਘਾਹ ਵਾਲੀ ਦਵਾਈ ਅਸਰ ਤਾਂ ਕਰਦੀ ਹੋਊ ਯਾਰ ਵਿੱਚ, ਕਰਦੀ ਹੈ। ਜਿੱਥੇ ਤਾਂ ਹਰੀ ਫਲੀ ਹੈ ਉਹਨੂੰ ਉਹਨੇ ਰਸ ਲੈ ਕੇ ਦਵਾਈ ਨਾਲ ਸੁੱਕਣਾ ਹੈ, ਉਹਦੇ ਨਾਲ ਕਿੱਥੇ ਰਸ ਲੈ ਕੇ ਪੱਕਣਾ, ਕਿੱਥੇ ਆਪ ਪੱਕਣਾ, ਉਸੇ ਦੀ ਗੁੜਖੜੂ ਬਣ ਜਾਂਦੇ ਆ, ਉਹ ਤਾਂ ਇਹਦੇ ਵਾਲੇ ਬਣਦੇ ਆ, ਹੈ ਨਾ? ਉਹਦੇ, ਹਾਂ, ਉਹਦੇ ਗੁੜਖੜੂ ਬਣਦੇ ਆ। ਅਤੇ ਬਸ ਪਾਣੀ ਦਾ ਹੁਣ ਹੋ ਗਿਆ ਸਿਸਟਮ ਵੱਧ ਹੋ ਗਿਆ, ਲੋਕ ਝੋਨਾ ਲਾਉਣ ਲੱਗ ਗਏ। ਮੂੰਗਫਲੀ ਕਿੰਨੀ ਕੁ ਹੋ ਜਾਂਦੀ ਸੀ ਵੀ ਕਿਲੇ 'ਚ? ਹੋਈ ਵੀ 40-50 ਮਿੰਟ ਤਾਂ ਹੋਈ ਜਾਂਦੀ ਸੀ ਮੂੰਗਫਲੀ, ਹਾਂ, ਕਿਲੇ ਦੀ। ਹਾਂ, ਉਹ ਕੀ ਰੇਟ ਰੂਟ ਵਿਕਦੀ ਹੁੰਦੀ ਸੀ? ਉਹ ਤਾਂ ਹੁਣ ਯਾਰ ਭਾਵ ਹੀ ਹੁੰਦੇ, ਰੇਟ ਹਿਸਾਬ ਨਾਲ ਹੁੰਦਾ ਸੀ ਉਦੋਂ, ਫਿਰ ਸਮਾਂ ਸੀ ਜਿਹੜੇ ਹਿਸਾਬ ਨਾਲ ਉਸ ਹਿਸਾਬ ਨਾਲ ਰੇਟ ਹੋਊਗਾ, ਪਰ ਉਹ ਐਂ ਵੀ ਜਿਹੜੇ ਹਿਸਾਬ ਨਾਲ ਨਿਕਲਦੀ ਸੀ 40-50 ਮਿੰਟ ਬਹੁਤ ਸੀ, ਹੈ ਨਾ? ਫਿਰ ਤਾਂ ਯਾਰ ਵਧੀਆ ਨਿਕਲਦੀ ਸੀ, ਹੁੰਦੀ ਰੇਤਲੇ ਬਾਂਹ 'ਚ ਸੀ, ਹੈ? ਹਾਂ, ਹੁੰਦੀ ਰੇਤਲੇ ਸੀ ਠੀਕ ਹੈ। ਪਰ ਉਹ ਮਸ਼ੀਨ ਜੀ ਹੁੰਦੀ ਸੀ, ਉਹ ਥੱਲੇ ਟਰੈਕਟਰ ਦੇ ਮਗਰ ਪਾ ਕੇ ਪੱਟੀ ਜਾਣਾ ਉਹਨੇ, ਅੱਛਾ, ਮਗਰੋਂ ਬੂਟੇ ਚੱਕ ਚੱਕ ਬਾਹਰ ਪੱਠੇ ਕਰਕੇ ਸੁੱਟੀ ਜਾਣੇ, ਸੁੱਕ ਜਾਂਦੀ ਸੀ ਫਿਰ ਉਹ, ਫਿਰ ਉਹਨੂੰ ਜਾਲੇ ਜੀ ਪਿੜ ਪਾ ਲੈਂਦੇ ਸੀ, ਨਾ ਮਸ਼ੀਨ ਨਾਲ ਪੜਦੇ ਹੁੰਦੇ ਸੀ, ਮਸ਼ੀਨ ਨਾਲ ਪੜਦੇ, ਹਾਂ, ਅੱਛਾ। ਮਗਰ ਪਲੇਟ ਹੁੰਦਾ ਜੀ ਉਹਦੇ, ਹਾਂ, ਥੱਲੇ ਜਿਵੇਂ ਆਪਣੇ ਕਿਰਾਏ ਦਾ ਪਲੇਟ ਹੁੰਦਾ, ਇੰਨਾ ਚੌੜਾ ਹੁੰਦਾ, ਲਾਲੇ ਲੱਗਿਆ ਵਾ, ਡੂੰਘਾ ਲੱਗ ਜਾਂਦਾ ਜੀ, ਅੱਛਾ। ਵਿਚਾਲੇ ਉਹਦੇ ਵੇਲਣਾ ਜਾਂਦਾ ਜੀ, ਇੱਕ ਜਿਵੇਂ ਆਲੂ ਵਾਲੀ ਮਸ਼ੀਨ 'ਤੇ ਹੁੰਦਾ, ਹਾਂ, ਉਹ ਬਸ ਮੂਹਰੇ ਹੁੰਦਾ ਸੀ ਪਲੇਟ, ਮਗਰ ਵੇਲਣਾ ਉਹਦਾ ਹੁੰਦਾ, ਮਗਰ ਦੀ ਮਗਰ ਉਹਨੂੰ ਨੱਪੀ ਜਾਂਦਾ ਸੀ, ਨਹੀਂ ਫਿਰ ਉਹ ਅੜਦੀ ਸੀ ਵਿੱਚ, ਉਹ ਲਾਂਗਾ ਜਿਹਾ, ਹਾਂ, ਫਿਰ ਉਹ ਡਾਂਗਰ ਜਿਹਾ ਚੜਦਾ, ਫਿਰ ਉਹਨਾਂ ਉਹਦੇ ਉਹ ਫਿਰ ਉਹ ਨੱਪੀ ਜਾਂਦਾ ਸੀ ਮਗਰੋਂ, ਮਗਰ ਵੇਲਣਾ ਨੱਪੀ ਜਾਂਦਾ, ਫਿਰ ਉਹ ਚੱਕ ਚੱਕ ਹੱਥਾਂ ਨਾਲ ਪੁੱਠੀ ਕਰਕੇ ਸੁੱਟੀ ਜਾਂਦੇ ਮਗਰ, ਅਤੇ ਮਾਂਗਰ ਤਾਂ ਫਿਰ ਹੱਥਾਂ ਨਹੀਂ ਚੁਗਣੀ ਪੈਂਦੀ ਉਹ ਜਾਣੀ ਦੀ, ਫਿਰ ਉਹ ਪੁੱਠਾ ਕਰਕੇ ਛੱਡ ਦਿੰਦੇ ਆ, ਉਹਦੇ ਨਾਲ ਹੀ ਮੂੰਗਫਲੀ ਹੁੰਦੀ ਆ ਉਹਦੇ, ਮਗਰ ਜਿਹੜਾ ਉਹ ਜੜ ਜੀ ਹੁੰਦੀ ਆ, ਹਾਂ, ਉਹਦੇ ਨਾਲ ਹੀ ਲੱਗੀਆਂ ਹੋਈਆਂ ਜੀ ਜੜਾਂ ਜਿਹੀਆਂ, ਹਾਂ, ਜਿਵੇਂ ਭੱਖੜਾ ਜਿਹਾ ਹੁੰਦਾ ਉਵੇਂ ਬੂਟਾ ਜਿਹਾ ਹੁੰਦਾ ਸੀ, ਹਾਂ, ਅਤੇ ਫਿਰ ਉਹ ਪੁੱਠਾ ਸੁੱਟੀ ਜਾਣਾ, ਅਤੇ ਜਦੋਂ ਪੈ ਰਹਿਣਾ ਇੱਕ ਦੋ ਦਿਨ, ਪੰਡਾਂ ਨਾਲ ਅਤੇ ਫਿਰ ਵਿਚਾਲੇ ਪਿੜ ਪਾ ਲੈਣਾ, ਫਿਰ ਤੰਗਲਾਂ ਅਤੇ ਫਿਰ ਸੰਘਾਂ ਨਾਲ ਕੁੱਟਣਾ ਉਹਨਾਂ ਨੂੰ, ਹੁਣ, ਹਾਂ, ਫਿਰ ਝੜਨੀ ਉਹ ਨਾਲੋਂ, ਫਿਰ ਗੂਣਾ ਉਹਦਾ ਅੱਟ ਕਰ ਦੇਣਾ ਤੰਗਲਾਂ ਰੋਲ ਰੋਲ ਕੇ, ਅਤੇ ਫਿਰ ਜਿਹੜਾ ਫਿਰ ਉਹਨੂੰ ਡਾਉਣਾ, ਉਹਨੂੰ ਮੂੰਗਫਲੀ ਅੱਡ ਹੋ ਜਾਂਦੀ ਹੈ, ਅਤੇ ਭੋਗ ਉਹਦਾ ਅੱਡ ਹੋ ਜਾਂਦਾ ਜੀ ਪੱਤੇ ਜੀ, ਠੀਕ ਆ, ਉਹ ਪਸ਼ੂ ਨੂੰ ਖਾ ਲੈਂਦੇ ਆ, ਭੇਡਾਂ ਬੱਕਰੀਆਂ ਵੱਧ ਖਾ ਲੈਂਦੀਆਂ ਸੀ, ਬਲਦ ਵੀ ਖਾ ਲੈਂਦੀ, ਗੂਣਾ ਮਿੱਠਾ ਹੁੰਦਾ, ਬਲਦਾਂ ਦੇ ਕੰਮ ਆ ਜਾਂਦਾ ਸੀ, ਬਲਦ ਵੀ ਖਾਂਦੇ ਸੀ, ਅਤੇ ਆਪਣਾ ਭੇਡਾਂ ਬੱਕਰੀਆਂ ਦਾ ਖਾਂਦੇ ਨਹੀਂ ਖਾਂਦੇ, ਹੋਰ ਵੱਧ ਉਦੋਂ ਕੀ ਬੀਜ ਦਿੰਦੇ ਸੀ? ਨਰਮਾ ਹੋ ਗਿਆ, ਮੂੰਗਫਲੀ ਹੋ ਗਈ, ਇਹੀ ਕੁਛ ਸੀਗਾ ਬਸ, ਪਾਣੀ ਦੀ ਘਾਟ ਸੀ ਉਦੋਂ, ਹੈ ਨਾ? ਮੋਟਰਾਂ ਮੋਟਰਾਂ ਹੈ ਨਹੀਂ ਸੀ, ਬਾਹਣ ਉੱਚੇ ਨੀਵੇਂ ਵੱਧ ਸੀ, ਹੈ ਨਾ? ਝੋਨਾ ਹੁਣ ਕਈ ਤਾਂ ਲਾ ਵੀ ਲੈਂਦੇ ਸੀ, ਕਈ ਇੰਜਣ ਉਂਜਣ 'ਤੇ ਲਾ ਲੈਂਦੇ ਸੀ, ਲਾਉਂਦੇ ਰਹੇ ਝੋਨਾ, ਉਹ ਤੇਲ ਸਸਤਾ ਹੋਊਗਾ ਨਾ, ਹੋਰ ਸਾਰੀ ਗੜੀ ਚੱਲੀ ਜਾਣਾ, ਲੋਕ ਕਿੱਲੇ ਲਾ ਦੇਣੇ,
ਉਦੋਂ ਉਦੋਂ ਆਹ ਚਾਰ ਚੂਰ ਪਾਉਂਦਾ ਹੁੰਦਾ ਸੀ ਆਪਣੇ ਪਿੰਡ ਵੀ ਕੋਈ ਮੱਕੀ ਦਾ, ਜਾਣਦਾ ਹੀ ਨਹੀਂ, ਜਾਣਦਾ ਹੀ ਨਹੀਂ ਸੀ ਕੋਈ, ਹੈ ਨਾ। ਹੁਣ ਤਾਂ ਬਾਹਲਾ ਉਹ ਜ਼ਮਾਨਾ ਬਦਲ ਗਿਆ, ਹੁਣ ਹੀ ਚਾਰ ਆਪਣੇ ਤਾਂ ਹੁਣ ਹੀ ਲੱਗੇ ਆ ਬਸ, ਘੱਟ ਤੋਂ ਘੱਟ 5 ਕੁ ਸਾਲ ਹੀ ਹੋਏ ਆਪਣੇ ਏਰੀਏ 'ਚ ਤਾਂ ਚਾਰ ਪਾਉਣ ਲੱਗੇ ਨੂੰ, ਹੈ ਨਾ। ਹਾਂ ਯਾਰ ਬੱਚੇ ਕਹੀ ਜਾਂਦੇ, ਕਹਿੰਦੇ ਯਾਰ ਚਾਰ ਵੀ ਵਧੀਆ ਨਹੀਂ ਹੁੰਦਾ ਪਸ਼ੂਆਂ ਲਈ, ਕਹਿੰਦੇ ਯਾਰ ਬੱਚੇ ਸੁਣੀ ਆ ਗੱਲ ਜੀ, ਚਾਰ ਹੁਣ ਕਹਿੰਦੇ ਖਰਾਬ ਹੋ ਜਾਂਦਾ, ਐਂ ਹੁੰਦਾ ਜੇ ਆਪਾਂ ਕੋਈ ਚੀਜ਼ ਕੱਟ ਕੇ ਰੱਖ ਦੇਈਏ ਕੋਈ ਵੀ ਫਸਲ ਆ ਉਹ ਕਿਵੇਂ ਬਚੂਗੀ, ਇਹ ਤੁਸੀਂ ਆਪ ਸਿਆਣੋ ਇਹ ਦੱਸ ਕਿਵੇਂ ਸਹੀ ਰਹੂਗਾ ਪਸ਼ੂਆਂ ਲਈ, ਐਂ ਕਹੀ ਜਾਂਦੇ। ਹੁਣ ਉੱਲੀ ਤਾਂ ਇਹਨੂੰ ਲੱਗ ਹੀ ਜਾਂਦੀ ਹੈ। ਹਾਂ ਜਿਹੜੇ ਨੂੰ ਹਵਾ ਲੱਗਦੀ ਹੈ, ਹਵਾ ਲੱਗਦੀ ਜਿਹੜਾ ਲੱਤੜਿਆ ਵਾ ਉਹਨੂੰ ਤਾਂ ਨਹੀਂ ਲੱਗਦੀ ਉੱਲੀ, ਲੱਤੜ ਆਉਂਦਾ ਹੀ ਥੋੜ੍ਹੀ ਜਿਹੀ ਲੱਤੜਾਈ ਫੁੱਲ ਹੋ ਜਾਏ ਭਾਲਦਾ ਇਹ। ਫਿਰ ਹਰ ਇੱਕ ਬੰਦੇ ਕੋਲ ਟਾਈਮ ਅਗਲਾ ਕਹਿੰਦਾ ਨੱਪ ਦਿਓ ਬਸ ਨਿਬੜ ਗਿਆ ਕੰਮ, ਜਿਵੇਂ ਹੁਣ ਪੂਰੀ ਲਤੜਾਈ ਹੋ ਜਾਏ ਇਹਦੀ, ਲਤੜਿਆ ਜਾਵੇ ਪਾਸੇ ਆਸੇ ਤੋਂ ਕਾਗਜ਼ ਕੂਜ ਪੈ ਕੇ ਮਿੱਟੀ ਪੈ ਜਾਵੇ ਉੱਤੇ ਵਧੀਆ, ਫਿਰ ਤਾਂ ਜਿਵੇਂ ਆਪਾਂ ਬਦਾ ਚਾਰ ਬਣਾਉਂਦੇ ਹਾਂ ਪੀਪੀ 'ਚ ਸਮਾਨਾ ਪਾ ਕੇ ਵਧੀਆ ਉਹ ਕਰਕੇ ਸਾਲ ਭਰ ਵਰਤਦੇ ਹਾਂ ਆਪਾਂ, ਹੈ ਨਾ, ਅਤੇ ਉਹ ਵਧੀਆ ਰਹਿੰਦਾ ਉਵੇਂ ਹੀ ਵਧੀਆ ਰਹਿੰਦਾ। ਅਤੇ ਜੇ ਥੋੜ੍ਹੀ ਜਿਹੀ ਨਗੈਲੀ ਵਰਤੀ ਜਾਵੇ ਹਵਾ ਹੋਵਾ ਪੈ ਜਾਵੇ ਕਿਸੇ ਪਾਸਿਓਂ, ਫਿਰ ਮਾੜਾ ਮੋਟਾ ਖਰਾਬ ਹੋ ਜਾਂਦਾ। ਤਾਂ ਹੁਣ ਇਹ ਜਿਵੇਂ ਵਧੀਆ ਚਾਰ ਜਿਹੜਾ ਬਣ ਜਾਂਦਾ ਉਹ ਥੋੜ੍ਹਾ ਜਿਹਾ ਬਸ ਹਰੇ ਵਾਈ 'ਚ ਰਹਿੰਦਾ, ਜਿਹੜਾ ਵਧੀਆ ਹੋਵੇ ਵਧੀਆ ਹੋਵੇ ਹਰੇ ਵਾਈ ਰਹਿੰਦਾ ਜਿਹੜਾ ਭਾਅ ਮਾਰਦੀ ਆ, ਹਰੀ ਭਾਅ ਮਾਰਦੀ ਉਹ ਵਧੀਆ ਚਾਰ ਬਣ ਜਾਂਦਾ। ਠੀਕ ਆ, ਜਿਹੜਾ ਜਮੀ ਪਰਾਲੀ ਵਾਂਗੂ ਹੋਰ ਹੀ ਹੋ ਜਾਂਦਾ ਉਹ ਥੋੜ੍ਹਾ ਜਿਹਾ ਚਾਰ ਠੀਕ ਨਹੀਂ ਹੁੰਦਾ, ਉਹ ਵਧੀਆ ਨਹੀਂ ਹੁੰਦਾ, ਜਿਹੜਾ ਫਿੱਕਾ ਜਿਹਾ ਪੈ ਜੇ, ਫਿੱਕਾ ਜਿਹਾ ਵਾਲਾ ਪੈ ਜੇ, ਰੰਗ ਜਿਹੜਾ ਵਾਲਾ ਹੋਰ ਹੀ ਬਣ ਜੇ, ਗਲਿਫੇ ਜੇ ਬਣਨ ਲੱਗ ਜਾਂਦੇ ਆ, ਹਾਂ ਉਹ ਨਹੀਂ ਵਧੀਆ ਹੁੰਦਾ, ਉਹ ਨਹੀਂ ਵਧੀਆ ਹੁੰਦਾ। ਅਤੇ ਉਦੋਂ ਇਹੋ ਜਿਹਾ ਸਿਸਟਮ ਹੈ ਨਹੀਂ ਸੀ ਕੋਈ ਚਾਰ ਚੂਰ ਵਾਲਾ, ਇੱਕ ਹੁਣ ਟੋਏ ਵੀ ਲੋਕ ਬੰਦ ਕਰਨ ਲੱਗ, ਹਾਂ ਹੁਣ ਜਿਹੜਾ ਚਾਰ ਪਾਉਂਦਾ ਅਗਲਾ ਹੁਣ ਟੋਆ ਨਹੀਂ ਬਣਾਉਂਦਾ, ਹੈ ਨਾ, ਧਰਤੀ ਵੱਧ ਕਾਮਯਾਬ ਹੈ, ਟੋਏ ਦੇ ਵਿੱਚ ਮੱਲੋ ਮੱਲੀ ਕਿਸੇ ਨਾ ਕਿਸੇ ਪਾਸੇ ਤੇੜ ਪੈ ਜਾਂਦੀ ਹੈ, ਪਾਸੇ ਪਾਸੇ ਪਾਣੀ ਮੱਲੋ ਮੱਲੀ ਵੜ ਜਾਂਦਾ, ਹਾਂ ਪਾਣੀ ਪੈ ਜਾਂਦਾ, ਹੈ ਨਾ। ਹਾਂ ਇਹ ਤਾਂ ਪਾਸੇ ਵੱਟਾਂ ਪਾ ਕੇ ਜਿਵੇਂ ਹੁਣ ਪਾਉਂਦੇ ਆ ਵੀ ਪਾਸੇ ਬਸ ਕਾਜ ਪਾਸੇ ਸਿੱਟਿਆ ਹੋਵੇ, ਬਸ ਪਾਸੇ ਹੀ ਪਾਣੀ ਢਲੇ, ਜਿਵੇਂ ਤੂੜੀ ਦੀ ਧੜ ਬਣਾਉਂਦੇ ਆਪਾਂ ਬਸ ਉਵੇਂ ਹੀ ਕਾਮਯਾਬ ਕਰਦੇ ਆ ਹੁਣ ਤਾਂ ਸਾਰੇ। ਹੈ ਵੀ ਠੀਕ ਆ ਪਟਨਾ।